ਹਾਂਜੀ ਠੀਕ ਹੈ ਜੀ, ਆਪਣੇ ਅਫਸਰ ਪੂਰੇ ਟਾਈਮ ਤੇ ਆਪਣੇ ਮੌਜੂਦ ਨੇ ਜੀ, ਲੋਕਾਂ ਦੀ ਸਮੱਸਿਆਵਾਂ ਸੁਣਦੇ ਨੇ, ਸਭ ਕੁਝ ਕਰਦੇ ਨੇ। ਤੇ ਨਹੀਂ ਬੈਠਦੇ ਸੀ ਪਹਿਲੇ, ਮੁਸ਼ਕਿਲ ਆਉਂਦੀ ਸੀ? ਪਹਿਲਾਂ ਹੈ ਸੀ ਜੀ, ਹੁਣ ਸਗੋਂ ਚੌਕਸ ਹੋ ਗਏ ਨੇ ਜੀ, ਲੋਕਾਂ ਨੂੰ ਟਾਈਮ ਦਾ ਪਤਾ ਹੁੰਦਾ, ਜਾ ਕੇ ਮਿਲ ਲੈਂਦੇ ਨੇ, ਖੱਜਲ ਖੁਆਰ ਨਹੀਂ ਹੋਣਾ ਪੈਂਦਾ ਜੀ। ਅਸੀਂ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਸਰਕਾਰ ਦਾ ਜੀ। ਠੀਕ ਹੈ, ਥੈਂਕ ਯੂ। ਆਪਣੀ ਡਿਊਟੀ ਨਿਭਾ ਰਹੇ ਨੇ। ਕੀ ਨਾਮ ਹੈ ਤੁਹਾਡਾ? ਸੁਖਬੀਰ ਸਿੰਘ ਜੀ। ਹਾਂ, ਜਿਵੇਂ ਡੀ ਜੀ ਪੀ ਪੰਜਾਬ ਨੇ ਆਦੇਸ਼ ਦਿੱਤੇ, ਪੂਰੇ ਪੰਜਾਬ ਦੇ ਜਿੰਨੇ ਪੁਲਿਸ ਅਫਸਰ ਹੈ, ਭਾਵੇਂ ਥਾਣੇਦਾਰ ਹੈ, ਭਾਵੇਂ ਡੀ ਐਸ ਪੀ ਹੈ, ਭਾਵੇਂ ਐਸ ਐਸ ਪੀ ਹੈ, ਕੋਈ ਡੀ ਜੀ ਪੀ ਹੈ, ਡੀ ਆਈ ਜੀ ਹੈ, ਉਹ ਦਫ਼ਤਰਾਂ ਦੇ ਵਿੱਚ 11 ਤੋਂ ਲੈ ਕੇ 1 ਵਜੇ ਤੱਕ ਬੈਠੇ ਲੋਕਾਂ ਦੀ ਤਕਲੀਫਾਂ ਸੁਣੇ, ਇਹ ਫੈਸਲਾ ਠੀਕ ਹੈ? ਵਧੀਆ ਜੀ। ਹਾਂਜੀ, ਵਧੀਆ ਫੈਸਲਾ ਜੀ, ਲੋਕਾਂ ਨੂੰ ਟਾਈਮ ਖਰਾਬ ਨਾ ਹੋ, ਲੋਕੀ ਟਾਈਮ ਬਚੇਗਾ। ਹਾਂਜੀ, ਸਾਨੂੰ ਮਾਨਯੋਗ ਡੀ ਜੀ ਪੀ ਸਾਹਿਬ ਵੱਲੋਂ ਇਹੀ ਆਦੇਸ਼ ਹੋਏ ਨੇ ਕਿ 11 ਤੋਂ 1 ਵਜੇ ਤੱਕ ਸਭੀ ਸਾਰੇ ਅਫਸਰ ਜਿਹੜੇ ਹੈਗੇ ਨੇ ਉੱਚ ਲੈਵਲ ਤੋਂ ਲੈ ਕੇ ਚੌਂਕੀ ਇੰਚਾਰਜ ਤੱਕ ਸਾਰੇ ਆਪਣੇ ਦਫ਼ਤਰਾਂ 'ਚ ਬੈਠਣ, ਤਾਂ ਕਿ ਅਸੀਂ ਲੋਕਾਂ ਦੀ ਦੁੱਖ ਤਕਲੀਫ ਵਗੈਰਾ ਜੋ ਵੀ ਕੋਈ ਕੰਪਲੇਂਟਸ ਹੈਗੀਆਂ ਨੇ ਉਹਨਾਂ ਨੂੰ ਐਡਰੈਸ ਕਰ ਸਕੀਏ। ਹਾਂਜੀ ਠੀਕ ਹੈ ਜੀ, ਆਪਣੇ ਅਫਸਰ ਪੂਰੇ ਟਾਈਮ ਤੇ ਆਪਣੇ ਮੌਜੂਦ ਨੇ ਜੀ, ਲੋਕਾਂ ਦੀ ਸਮੱਸਿਆਵਾਂ ਸੁਣਦੇ ਨੇ, ਸਭ ਕੁਝ ਕਰਦੇ ਨੇ। ਤੇ ਨਹੀਂ ਬੈਠਦੇ ਸੀ ਪਹਿਲੇ, ਮੁਸ਼ਕਿਲ ਆਉਂਦੀ ਸੀ? ਪਹਿਲਾਂ ਹੈ ਸੀ ਜੀ, ਹੁਣ ਸਗੋਂ ਚੌਕਸ ਹੋ ਗਏ ਨੇ ਜੀ, ਲੋਕਾਂ ਨੂੰ ਟਾਈਮ ਦਾ ਪਤਾ ਹੁੰਦਾ, ਜਾ ਕੇ ਮਿਲ ਲੈਂਦੇ ਨੇ, ਖੱਜਲ ਖੁਆਰ ਨਹੀਂ ਹੋਣਾ ਪੈਂਦਾ ਜੀ। ਅਸੀਂ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਸਰਕਾਰ ਦਾ ਜੀ। ਠੀਕ ਹੈ, ਥੈਂਕ ਯੂ। ਆਪਣੀ ਡਿਊਟੀ ਨਿਭਾ ਰਹੇ ਨੇ। ਕੀ ਨਾਮ ਹੈ ਤੁਹਾਡਾ? ਸੁਖਬੀਰ ਸਿੰਘ ਜੀ। ਹਾਂ, ਜਿਵੇਂ ਡੀ ਜੀ ਪੀ ਪੰਜਾਬ ਨੇ ਆਦੇਸ਼ ਦਿੱਤੇ, ਪੂਰੇ ਪੰਜਾਬ ਦੇ ਜਿੰਨੇ ਪੁਲਿਸ ਅਫਸਰ ਹੈ, ਭਾਵੇਂ ਥਾਣੇਦਾਰ ਹੈ, ਭਾਵੇਂ ਡੀ ਐਸ ਪੀ ਹੈ, ਭਾਵੇਂ ਐਸ ਐਸ ਪੀ ਹੈ, ਕੋਈ ਡੀ ਜੀ ਪੀ ਹੈ, ਡੀ ਆਈ ਜੀ ਹੈ, ਉਹ ਦਫ਼ਤਰਾਂ ਦੇ ਵਿੱਚ 11 ਤੋਂ ਲੈ ਕੇ 1 ਵਜੇ ਤੱਕ ਬੈਠੇ ਲੋਕਾਂ ਦੀ ਤਕਲੀਫਾਂ ਸੁਣੇ, ਇਹ ਫੈਸਲਾ ਠੀਕ ਹੈ? ਵਧੀਆ ਜੀ। ਹਾਂਜੀ, ਵਧੀਆ ਫੈਸਲਾ ਜੀ, ਵੀ ਲੋਕਾਂ ਨੂੰ ਟਾਈਮ ਖਰਾਬ ਨਾ ਹੋ, ਲੋਕੀ ਟਾਈਮ ਬਚੇਗਾ। ਹਾਂਜੀ, ਸਾਨੂੰ ਮਾਨਯੋਗ ਡੀ ਜੀ ਪੀ ਸਾਹਿਬ ਵੱਲੋਂ ਇਹੀ ਆਦੇਸ਼ ਹੋਏ ਨੇ ਕਿ 11 ਤੋਂ 1 ਵਜੇ ਤੱਕ ਸਭੀ ਸਾਰੇ ਅਫਸਰ ਜਿਹੜੇ ਹੈਗੇ ਨੇ ਉੱਚ ਲੈਵਲ ਤੋਂ ਲੈ ਕੇ ਚੌਂਕੀ ਇੰਚਾਰਜ ਤੱਕ ਸਾਰੇ ਆਪਣੇ ਦਫ਼ਤਰਾਂ 'ਚ ਬੈਠਣ, ਤਾਂ ਕਿ ਅਸੀਂ ਲੋਕਾਂ ਦੀ ਦੁੱਖ ਤਕਲੀਫ ਵਗੈਰਾ ਜੋ ਵੀ ਕੋਈ ਕੰਪਲੇਂਟਸ ਹੈਗੀਆਂ ਨੇ ਉਹਨਾਂ ਨੂੰ ਐਡਰੈਸ ਕਰ ਸਕੀਏ। ਹਾਂਜੀ ਠੀਕ ਹੈ ਜੀ, ਆਪਣੇ ਅਫਸਰ ਪੂਰੇ ਟਾਈਮ ਤੇ ਆਪਣੇ ਮੌਜੂਦ ਨੇ ਜੀ, ਲੋਕਾਂ ਦੀ ਸਮੱਸਿਆਵਾਂ ਸੁਣਦੇ ਨੇ, ਸਭ ਕੁਝ ਕਰਦੇ ਨੇ। ਤੇ ਨਹੀਂ ਬੈਠਦੇ ਸੀ ਪਹਿਲੇ, ਮੁਸ਼ਕਿਲ ਆਉਂਦੀ ਸੀ? ਪਹਿਲਾਂ ਹੈ ਸੀ ਜੀ, ਹੁਣ ਸਗੋਂ ਚੌਕਸ ਹੋ ਗਏ ਨੇ ਜੀ, ਲੋਕਾਂ ਨੂੰ ਟਾਈਮ ਦਾ ਪਤਾ ਹੁੰਦਾ, ਜਾ ਕੇ ਮਿਲ ਲੈਂਦੇ ਨੇ, ਖੱਜਲ ਖੁਆਰ ਨਹੀਂ ਹੋਣਾ ਪੈਂਦਾ ਜੀ। ਅਸੀਂ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਸਰਕਾਰ ਦਾ ਜੀ। ਠੀਕ ਹੈ, ਥੈਂਕ ਯੂ। ਆਪਣੀ ਡਿਊਟੀ ਨਿਭਾ ਰਹੇ ਨੇ। ਕੀ ਨਾਮ ਹੈ ਤੁਹਾਡਾ? ਸੁਖਬੀਰ ਸਿੰਘ ਜੀ। ਹਾਂ, ਜਿਵੇਂ ਡੀ ਜੀ ਪੀ ਪੰਜਾਬ ਨੇ ਆਦੇਸ਼ ਦਿੱਤੇ, ਪੂਰੇ ਪੰਜਾਬ ਦੇ ਜਿੰਨੇ ਪੁਲਿਸ ਅਫਸਰ ਹੈ, ਭਾਵੇਂ ਥਾਣੇਦਾਰ ਹੈ, ਭਾਵੇਂ ਡੀ ਐਸ ਪੀ ਹੈ, ਭਾਵੇਂ ਐਸ ਐਸ ਪੀ ਹੈ, ਕੋਈ ਡੀ ਜੀ ਪੀ ਹੈ, ਡੀ ਆਈ ਜੀ ਹੈ, ਉਹ ਦਫ਼ਤਰਾਂ ਦੇ ਵਿੱਚ 11 ਤੋਂ ਲੈ ਕੇ 1 ਵਜੇ ਤੱਕ ਬੈਠੇ ਲੋਕਾਂ ਦੀ ਤਕਲੀਫਾਂ ਸੁਣੇ, ਇਹ ਫੈਸਲਾ ਠੀਕ ਹੈ? ਵਧੀਆ ਜੀ। ਹਾਂਜੀ, ਵਧੀਆ ਫੈਸਲਾ ਜੀ, ਵੀ ਲੋਕਾਂ ਨੂੰ ਟਾਈਮ ਖਰਾਬ ਨਾ ਹੋ, ਲੋਕੀ ਟਾਈਮ ਬਚੇਗਾ। ਹਾਂਜੀ, ਸਾਨੂੰ ਮਾਨਯੋਗ ਡੀ ਜੀ ਪੀ ਸਾਹਿਬ ਵੱਲੋਂ ਇਹੀ ਆਦੇਸ਼ ਹੋਏ ਨੇ ਕਿ 11 ਤੋਂ 1 ਵਜੇ ਤੱਕ ਸਭੀ ਸਾਰੇ ਅਫਸਰ ਜਿਹੜੇ ਹੈਗੇ ਨੇ ਉੱਚ ਲੈਵਲ ਤੋਂ ਲੈ ਕੇ ਚੌਂਕੀ ਇੰਚਾਰਜ ਤੱਕ ਸਾਰੇ ਆਪਣੇ ਦਫ਼ਤਰਾਂ 'ਚ ਬੈਠਣ, ਤਾਂ ਕਿ ਅਸੀਂ ਲੋਕਾਂ ਦੀ ਦੁੱਖ ਤਕਲੀਫ ਵਗੈਰਾ ਜੋ ਵੀ ਕੋਈ ਕੰਪਲੇਂਟਸ ਹੈਗੀਆਂ ਨੇ ਉਹਨਾਂ ਨੂੰ ਐਡਰੈਸ ਕਰ ਸਕੀਏ।